भाई तुसी ये दसो जी, थोनू सुपारी किने दिती है जी? हाँ जी, क्यों दिती है जी? मेरी तो जी कोई लड़ाई, मैं तो जी करो घर घर तो कॉलेज, कॉलेज तो घर जाना, मेरी तो किसी ने लड़ाई भी नहीं हैगी जी। तुसी मैनू बंदे दा दसो, नंबर वगैरह जो भी है, डिटेल आ मैनू दसो, किने की कौन है, कित्थे दा बंदा? अच्छा जी, तुसी मैनू के मैं ओ, ओ तुसी मैनू के मेरा नंबर थोनू किने दिता जी? अच्छा जी, अच्छा जी, हाँ जी, किन्ने किन्ने? अच्छा जी, 6 लाख रुपया। तुसी के बोल, तुसी बोल कित्थे हो रहे हो जी? थोड़ा नाम की है जी? हाँ जी, अच्छा जी, तुसी थोड़ा नाम की है जी? हाँ जी, अच्छा जी। पंजाबी गायक सिद्धू मूसेवाला की हत्या तो बाद पंजाब के वख-वख जिलों के विच कई नामी शख्सियतों नूं धमकी भरे फोन आने जारी ने। अमलोह शहर के वार्ड नंबर 5 के रहने वाले एक नौजवान प्रथम कुमार जोशी नूं वट्सएप से जानो मारन की धमकी मिली है, जिस संबंधी परिवार के विच सहम का माहौल है। धमकी भरिया फोन आने तो बाद परिवार वालों इसकी सूचना पुलिस नूं दित्ती गई है, जिस ते पुलिस कार्रवाई करन दी गल आख रही है। प्रथम अज 2:13 ते मैनू एक कॉल आया, बंदा कहिंदा भी मैं चंडीगढ़ तो बोलदा पिया, भी कहिंदा भी मैनू तेरी किसी विक्रम सिंह नाम दे बंदे ने सपारी दित्ती आ, कहिंदा भी मैनू 6 लाख रुपया 6 लाख रुपया उहने दित्ता ए पैसे भी सपारी दा, कहिंदा भी अज दी डेट तां कैंसल हो गया, कहिंदा कलू तैनू 10 बजे तक कहिंदा तैनू मार देना। अपना नाम उन्हें जगमोहन दसिया, उन्हें किथे तो बोलदे सी ओ? चंडीगढ़, कहिंदा मैं चंडीगढ़ तो बोलदा पिया, मैनू कहिंदा भी मैनू 40-50 हज़ार तो भी वध दस रहा सीगा, कहिंदा भी मैनू भेज, कहिंदा मेरा असले वगैरह पिस्तौल वगैरह ते खर्चा होया, कहिंदा 4000 रुपया नाले, कहिंदा मैनू ओ भेज, मेरे नाम ते 6 लाख रुपए की सुपारी दित्ती आ कोई विक्रम सिंह ने। जे वह कहिंदा भी फे जे जे कहिंदा पैसे वगैरह तुसी भेज दे, फिर कहिंदा तुसी कहिंदा मैं उन्हूं उन्हूं फोन करके भी भी कहूँगा भी अज तो बाद जे मुंडे ते अख चक्की, कहिंदा साढ़े छोटे भरा अर्घा है भी छोटे भरा दे उत्ते अख चक्की तो देख ली। किसे ग्रुप का नाम भी तुहाडे कोल लिया गया उन्हों कोल? हाँ जी, गोल्डी बराड वगैरह ग्रुप का नाम लिता उन्हें, कहिंदा भी जिहड़ा सिद्धू मूसेवाला सीगा ਕਹਿੰਦਾ ਉਹ ਅਸੀਂ ਮਰਵਾਇਆ ਕਹਿੰਦਾ ਗੋਲਡੀ ਬਰਾੜ ਤਾਂ ਹੁਣ ਜੇਲ੍ਹ 'ਚ ਬੈਠਾ ਹੈ। ਹਾਂਜੀ, ਮੈਂ ਅੱਗੇ ਇਹ ਅਮਲੋਹ ਦੇ ਇੱਥੇ ਦਫ਼ਤਰ ਏ ਐੱਸ ਆਈ ਕਮਲਜੀਤ ਸਿੰਘ ਕੋਲ ਗਿਆ ਸੀਗਾ, ਅਤੇ ਉਹਨਾਂ ਨੇ ਕੌਲ ਵੀ ਲਾਈ, ਉਹਨਾਂ ਨੇ ਸਾਰਾ ਕੁਛ ਲਾ ਕੇ ਦੇਖਿਆ, ਅਤੇ ਉਹ ਕਹਿੰਦੇ ਉਹਨਾਂ ਨੇ ਕਹਿੰਦੇ ਵੀ ਇਹ ਫੇਕ ਦੱਸਿਆ ਸੀਗਾ, ਉਹਨਾਂ ਨੇ ਵੀ ਫੇਕ ਬੰਦਾ ਵੀ ਫੇਕ ਕੌਲ ਕਰ ਰਿਹਾ। ਉਸ ਤੋਂ ਬਾਅਦ ਫਿਰ ਇੱਥੇ ਜਦੋਂ ਮੈਂ ਘਰ ਆਇਆ ਤਾਂ ਉਹਨਾਂ ਦੀਆਂ ਮਿਸ ਕਾਲਾਂ ਆਈਆਂ ਹੋਈਆਂ ਸੀਗੀਆਂ, ਅਤੇ ਵੀ ਧਮਕੀਆਂ ਦੇ ਰਹੇ ਸੀਗੇ ਵੀ ਮੈਨੂੰ ਇੰਨੇ ਪੈਸੇ ਵਗੈਰਾ ਦੇ ਦਿਉ ਵੀ ਨਹੀਂ ਅਸੀਂ ਉਹ ਕਰ ਦਾਂਗੇ, ਵੀ ਜਿਹੜੀ ਅੱਜ ਦੀ ਡੇਟ ਸੀਗੀ ਉਹ ਕੈਂਸਲ ਹੋ ਗਈ, ਵੀ ਕੱਲ੍ਹ ਨੂੰ ਤੇਰਾ ਵੀ ਕਹਿੰਦੇ 10 ਵਜੇ ਤੱਕ ਕਹਿੰਦੇ ਤੇਰਾ ਕੰਮ ਕਰ ਦੇਣਾ। ਕਿ ਪੁਲਿਸ ਅਧਿਕਾਰੀਆਂ ਨਾਲ ਵੀ ਇਹਨਾਂ ਦੀ ਕੋਈ ਗੱਲਬਾਤ ਹੋਈ ਹੈ? ਪੁਲਿਸ ਅਧਿਕਾਰੀ, ਹਾਂਜੀ, ASI ਅੰਕਲ ਨਾਲ ਗੱਲ ਹੋਈ ਆ ਇਸ ਬੰਦੇ ਦੀ ਮੇਰੇ ਸਾਹਮਣੇ, ਅਤੇ ASI ਅੰਕਲ ਨੇ ਉਸ ਤੋਂ ਪੁੱਛਿਆ ਵੀ ਤੂੰ ਕੌਣ ਆ, ਵੀ ਤੇਰਾ ਕੀ ਬੰਦੇ ਨਾਲ ਕੀ ਲਿੰਕ ਕੀ ਆ ਇਸ ਬੰਦੇ ਨਾਲ, ਮੁੰਡੇ ਨਾਲ? ਅਤੇ ਉਹਨਾਂ ਨੇ ਪਹਿਲਾਂ ਦੱਸਿਆ ਤਾਂ ਹੈ ਨਹੀਂ ਵੀ ਕੌਣ ਆ ਇਹ, ਫਿਰ ਉਹਨੇ ਬਾਅਦ 'ਚੋਂ ਦੱਸਿਆ ਵੀ ਬੰਦੇ ਵੀ ਮੇਰਾ ਨਾਂ ਜਗਮੋਹਨ ਆ, ਅਤੇ ਉਹਦੇ ਜਿਹਨੇ ਸਪਾਰੀ ਦਿੱਤੀ ਆ ਉਹਦਾ ਨਾਮ ਆਹ ਏ ਵਿਕਰਮ। ਕਿੱਥੋਂ ਬੋਲਦੇ ਸੀਗੇ? ਜਿਹੜਾ ਜਗਮੋਹਨ ਸੀਗਾ ਇਹ ਚੰਡੀਗੜ੍ਹ ਤੋਂ ਬੋਲਦਾ ਸੀ, ਕਹਿੰਦਾ ਮੈਂ ਚੰਡੀਗੜ੍ਹ ਤੋਂ ਬੋਲਦਾ।
ਪਹਿਲਾਂ ਨਹੀਂ ਕਰੇ ਤੁਹਾਨੂੰ ਫੋਨ ਆਏ ਨੇ ਇਦਾਂ ਦੇ? ਨਹੀਂ, ਮੈਂ ਅੱਜ ਤੋਂ ਪਹਿਲਾਂ ਤਾਂ ਮੈਨੂੰ ਕੋਈ ਇਹੋ ਜਿਹਾ ਕਦੇ ਆਇਆ ਨਹੀਂ ਹੈਗਾ ਕੋਈ ਐਵੇਂ ਦਾ। ਮੈਂ ਸੁਭਾਸ਼ ਚੰਦਰ ਜੋਸ਼ੀ। ਕੀ ਹੋਏ ਅੱਜ ਜਿਹੜਾ ਖੁੱਲ੍ਹੇ ਘਰ ਦੇ ਵਿੱਚ? ਅੱਜ 2 ਵਜੇ ਦੇ ਕਰੀਬ ਮੈਨੂੰ ਮੇਰੇ ਵੱਡੇ ਮੁੰਡੇ ਦੀ ਕਾਲ ਆਈ, ਕਹਿੰਦਾ ਮੈਨੂੰ ਕੋਈ ਫਰੌਤੀ ਵਾਲਿਆਂ ਨੇ ਫੋਨ ਕੀਤਾ ਅਤੇ ਉਹਦੇ ਵਿੱਚ ਉਹਨੇ ਮੈਨੂੰ ਫੋਟੋਆਂ ਸੈਂਡ ਕੀਤੀਆਂ ਜੋ ਕਿ ਮੇਰੇ ਫੋਨ ਦੇ ਵਿੱਚ ਸੇਵ ਨੇ। ਉਹ ਕਹਿੰਦੇ ਸਾਨੂੰ 6 ਲੱਖ ਰੁਪਇਆ ਕਿਸੇ ਬੰਦੇ ਨੇ ਸਾਨੂੰ ਸੁਪਾਰੀ ਦਿੱਤੀ ਹੈ ਅਤੇ ਤੈਨੂੰ ਅੱਜ ਅਸੀਂ 10 ਵਜੇ ਤੱਕ ਮਾਰ ਦੇਣਾ। ਇਹ ਤੋਂ ਬਾਅਦ ਮੈਂ ਘਰਦਿਆਂ ਨੂੰ ਕਿਹਾ ਕਿ ਤੁਸੀਂ ਜਾ ਕੇ ਕੰਪਲੇਂਟ ਕਰਾਓ। ਉਹ ਤੋਂ ਬਾਅਦ ਮੈਂ ਕੁਲੀਗਸ ਨੂੰ ਫੋਨ ਕੀਤਾ ਅਤੇ ਕੰਪਲੇਂਟ ਵਾਲਿਆਂ ਨੇ ਉਹ ਕਹਿੰਦੇ ਅਸੀਂ ਆ ਰਹੇ ਹਾਂ ਜੀ, ਤੁਸੀਂ ਸਾਨੂੰ ਦੇ ਜਿਓ ਕੰਪਲੇਂਟ, ਜਿੱਦਾਂ ਵੀ ਪੁਲਿਸ ਵਾਲਿਆਂ ਨੇ ਜੋ ਵੀ ਕਿਹਾ ਉੱਥੇ ਦੇ ਆਉਂਦੇ। ਉਹ ਤੋਂ ਬਾਅਦ ਦੁਬਾਰਾ ਫਿਰ ਹੁਣ ਮੇਰਾ ਤਕਰੀਬਨ 1 ਘੰਟਾ ਹੋ ਗਿਆ ਉਹਨਾਂ ਨੂੰ ਗੱਲਾਂ ਬਾਤਾਂ ਕਰਦੇ ਨੂੰ, ਕਹਿੰਦੇ ਅਸੀਂ ਤੈਨੂੰ ਮਾਰ ਦੇਣਾ, ਅਸੀਂ 40,000 ਰੁਪਏ ਦੀ ਰਿਵੋਲਵਰ ਖਰੀਦੀ ਹੈ, ਸਾਨੂੰ 40,000 ਰੁਪਇਆ ਭੇਜ ਦਿੱਤੋ। ਅਫਸਰ ਸਾਹਿਬ ਵੀ ਆ ਰਹੇ ਨੇ, ਉਹਨਾਂ ਨੂੰ ਫੋਨ ਕੀਤਾ ਸੀਗਾ ਅਤੇ ਅਫਸਰ ਸਾਹਿਬ ਹੁਣ ਪਹੁੰਚੇ ਨੇ ਅਤੇ ਉਹਨਾਂ ਨੂੰ ਕਿਹਾ ਕੰਪਲੇਂਟ ਕਰ ਲਓ, ਕਹਿੰਦੇ ਲਿਖਾ ਜਾਓ, ਕੰਪਲੇਂਟ ਲਿਖਾ ਦਿੱਤੀ ਗਈ ਹੈ। ਇਸ ਸੰਬੰਧੀ SHO ਥਾਣਾ ਅਮਲੋਹ ਨੇ ਦੱਸਿਆ ਕਿ ਉਹਨਾਂ ਕੋਲ ਸ਼ਿਕਾਇਤ ਆਈ ਹੈ ਕਿ ਪ੍ਰਥਮ ਕੁਮਾਰ ਨਾਂ ਦੇ ਨੌਜਵਾਨ ਨੂੰ ਵਟਸਐਪ ਰਾਹੀਂ ਧਮਕੀ ਭਰਿਆ ਫੋਨ ਆਇਆ ਹੈ ਜਿਸ ਬਾਰੇ ਪਤਾ ਲਗਾਇਆ ਜਾ ਰਿਹਾ। ਇਹ ਨਾ ਇੱਕ ਪ੍ਰਥਮ ਕੁਮਾਰ ਜੋਸ਼ੀ, ਸਾਨੂੰ ਸੁਭਾਸ਼ ਚੰਦ ਜੋਸ਼ੀ ਜੀ ਨੇ ਅਮਲੋਹ ਦੇ ਰਹਿਣ ਵਾਲੇ ਨੇ, ਇਹਨਾਂ ਨੂੰ ਇੱਕ ਵਟਸਐਪ ਕਾਲ ਆਈ ਹੈ ਜਿਨ੍ਹਾਂ ਨੇ ਇਹਨੂੰ ਮਤਲਬ ਇਹਨਾਂ ਨੂੰ ਪੈਸਿਆਂ ਦੀ ਮੰਗ ਕੀਤੀ ਹੈਗੀ ਅਤੇ ਅਸੀਂ ਇਹਨਾਂ ਤੋਂ ਦਰਖਾਸਤ ਲੈ ਕੇ ਉਹ ਵਟਸਐਪ ਜਿੰਨੀ ਵੀ ਹੈਗੀ ਕਾਲ ਅਸੀਂ ਸਾਈਬਰ ਸੈੱਲ ਨੂੰ ਭੇਜ ਕੇ ਇਹਦੀ ਪੜਤਾਲ ਕਰ ਰਹੇ ਹਾਂ। ਕੁਛ ਪਤਾ ਲੱਗਿਆ ਸਰ ਜੀ ਕਿੱਥੇ ਦਾ ਨੰਬਰ ਹੈ ਜਾਂ ਕਿੱਥੇ ਦੀ? ਨਹੀਂ, ਹਜੇ ਵਟਸਐਪ ਕਾਲ ਹੈ, ਉਹ ਸਾਈਬਰ ਦੇ ਥਰੂ ਹੀ ਸਾਨੂੰ ਪਤਾ ਲੱਗ ਸਕਦਾ ਇਹਦਾ ਵੀ ਕਿਸੇ ਨੇ ਕਾਲ ਕੀਤੀ ਹੈ ਅਤੇ ਕਿਉਂ ਕੀਤੀ ਹੈ। ਅਮਲੋਹ ਤੋਂ ਕੇਵਲ ਸਿੰਘ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।